बे तू इथों ना तुरदा बन, बड़ा सियाणा जना बन। मैनू सब पता है मेरी धी वास्ते मैं की करना है की नहीं करना। एक गल होर, जेडे 30 किले दे सौरे दी जमीन है ना, उस कली नूं नहीं मैं उत्थे राज करन दिंदी। ये तो तू बहम दिल ची कट दे। मां तू फटाफट ना विचोले नूं बुला के ना कोई हल कर दे, मैं उहनूं उत्थे राज करदी नहीं देख सकदी। कोई ना धीए, तू ना फिक्र कर, तेरे हुंदे उस घरे हो राज तां की नौकराणी भी नहीं रह सकदी। ना मासी, हाँ उदों तां तू कहिंदी सी वी मेरे पुत दा घर वस जे, मेरे पुत दा घर वस जे। हुण जे अगले आपदी धी छड्ड गया, हुण तू उहनां दी धी नूं वेख के नहीं राजी? नहीं, मैं कदों नहीं वेख के राजी धीए। तू भी उही कमलियां गल्लां करदियां, तू मेरी गल नूं समझ। मैनूं इह ते हुण जमें ही यकीन नहीं रिहा जिहड़ी आपदी मां ते भैण दे मगर लग के इह घर नूं छड्ड के जा सकदी है। मैनूं नहीं लगदा पुत हुणे उही आ गई, खबर इह किहड़ी मनशा नाल आई है। ओहो मासी, मन्निया वी उह घर छड्ड के भग गई सी। तैनूं मैं किन्ने वारी कहता वी की पता उहदी की मजबूरी सी, उह क्यों गई सी? लै उह की मजबूरी सी, ਇਹੀ ਜਿਹੀ ਇਹਦੀ ਕੀ ਮਜਬੂਰੀ ਹੋਣੀ ਹੈ ਜਿਹੜੀ ਆਪਦਾ ਘਰ ਛੱਡ ਕੇ ਵਗ ਜੂ? ਤੇਰੀਆਂ ਵੀ ਫਿਰ ਉਹੀ ਗੱਲਾਂ। ਮੇਰੀ ਗੱਲ ਸੁਣ ਲੈ, ਤੂੰ ਇਹਦੀ ਮਾਂ ਤੇ ਭੈਣ ਨੂੰ ਨਾ ਉਹੀ ਨਾ ਸਮਝ। ਉਹ ਬਹੁਤ ਕੁੱਤੇ ਦੀਆਂ ਵੱਡੀਆਂ ਨੇ, ਬਹੁਤ ਚਲਾਕ ਨੇ। ਉਹਨਾਂ ਨੇ ਇਹਨੂੰ ਪਤਾ ਨਹੀਂ ਇੱਥੇ ਕਿਉਂ ਭੇਜਿਆ ਦੁਬਾਰੇ, ਥੋੜੇ ਖੜਖੜੇ ਨਹੀਂ ਸੀ ਉਹ ਭੇਜਣ ਵਾਲੀ। ਓਹੋ ਮਾਸੀ, ਹਜੇ ਉਹ ਹੁਣ ਤਾਂ ਆਈ ਹੈ, ਉਹਨੂੰ ਇਸ ਘਰ 'ਚ ਰਹਿਣ ਦੇ, ਵਿਚਰਨ ਦੇ, ਉਹਦੇ ਵਰਤਾਵੇ ਤੋਂ ਨਾ ਪਤਾ ਲੱਗ ਜੂਗਾ ਵੀ ਉਹ ਕਿਹੋ ਜਿਹੀ ਹੈਗੀ ਆ, ਕਿਹੋ ਜਿਹੀ ਨਹੀਂ, ਕੀ ਕਰਨ ਆਈ ਹੈ ਕੀ ਨਹੀਂ। ਕੀ ਪਤਾ ਉਹ ਸੱਚੀ ਆਪਦੇ ਦਿਲੋਂ ਆਈ ਹੋਵੇ ਹੁਣ। ਪਰ ਮੈਨੂੰ ਹੁਣ ਯਕੀਨ ਨਹੀਂ ਨਾ ਰਿਹਾ, ਮੈਂ ਕਿਵੇਂ ਯਕੀਨ ਕਰ ਲਾਂ? ਜੀ ਤਾਂ ਮੇਰਾ ਵੀ ਬਥੇਰਾ ਕਰਦਾ ਵੀ ਜਿਵੇਂ ਲੋਕ ਆਪਦੀਆਂ ਨੂੰਹਾਂ ਨੂੰ ਲਾਡ ਲੜਾਉਂਦੇ ਆ, ਮੈਂ ਵੀ ਐਂ ਰੱਖਾਂ। ਪਰ ਇਹਨੇ ਤਾਂ ਪੁੱਤ ਹੁਣ ਮੇਰੇ ਨਾ ਯਕੀਨ ਹੀ ਤੋੜ ਕੇ ਰੱਖਤਾ। ਮਾਸੀ ਯਕੀਨ ਤਾਂ ਹੁਣ ਕਰਨਾ ਪੈਣਾ, ਜਦੋਂ ਇਸ ਪਰਿਵਾਰ ਦੀ ਮੈਂਬਰ ਆ, ਇਸ ਘਰ 'ਚ ਰਹੂਗੀ, ਉਹਦੇ ਵਰਤਾਵੇ ਤੋਂ ਆਪੇ ਹੀ ਪਤਾ ਲੱਗ ਜਾਣਾ ਵੀ ਉਹ ਕੀ ਚਾਹੁੰਦੀ ਆ ਕੀ ਨਹੀਂ। ਕਿਉਂ ਤੂੰ ਐਂ ਕਰੀ ਜਾਂਦੀ ਆ ਵੀ ਤੈਨੂੰ ਯਕੀਨ ਨਹੀਂ ਯਕੀਨ ਨਹੀਂ? ਤੂੰ ਕੀ ਚਾਹੁੰਦੀ ਹੈ ਵੀ ਹੁਣ ਸਾਰੇ ਘਰ ਦੀ ਕਬੀਲਦਾਰੀ ਇਹਦੇ ਹੱਥ ਫੜਾ ਦਿਆਂ ਹੈ? ਇਹ ਨਹੀਂ ਹੋ ਸਕਦਾ ਪੁੱਤ। ਉਹ ਮੈਂ ਆਏ ਨਹੀਂ ਕਹਿੰਦੀ ਵੀ ਤੂੰ ਕਬੀਲਦਾਰੀ ਉਹਦੇ ਹੱਥ 'ਚ ਫੜਾ ਦੇ, ਮੈਂ ਤਾਂ ਇਹ ਕਹਿੰਦੀ ਹਾਂ ਵੀ ਉਹਨੂੰ ਰਾਜ਼ੀ ਖੁਸ਼ੀ ਇਸ ਘਰ 'ਚ ਰਹਿ ਲੈਂਦੇ। ਚੱਲ ਫਿਰ ਐਡਾ ਮੈਂ ਵੀ ਉਹਨੂੰ ਕੀ ਕਹਿਣੀ ਹੈ, ਤੂੰ ਤਾਂ ਉਈ ਮੇਰੇ ਮਗਰ ਪੈ ਜਾਣੀ ਹੈ, ਸਾਰਾ ਦਿਨ ਉਸੇ ਦੀ ਵਕਾਲਤ ਕਰੀ ਜਾਣੀ ਹੈ। ਕੋਈ ਨਹੀਂ ਕਰ ਲੈਣ ਦੇ, ਚੱਲ ਮੇਰੀ ਗੱਲ ਸੁਣ, ਨਾਲੇ ਹੁਣ ਇੱਥੇ ਨਾ ਮੇਰੇ ਨਾਲ ਨਾ ਖੜੀ, ਪਕਾਈ ਮਾਰ। ਉਹਨੂੰ ਕਹਿ ਵੀ ਰੋਟੀ ਟੁੱਕ ਦਾ ਟਾਈਮ ਹੋਇਆ ਪਿਆ, ਟਾਈਮ ਨਾਲ ਰੋਟੀ ਟੁੱਕ ਕਰ ਲੂਗੀ। ਮੈਂ ਉਹਦੇ ਕੋਲੇ ਗੇੜਾ ਕੱਢ ਕੇ ਆਈ ਹਾਂ, ਉਹ ਤਾਂ ਪਹਿਲਾਂ ਹੀ ਸਬਜ਼ੀ ਬਣਾਉਣ ਦੀ ਤਿਆਰੀ ਕਰੀ ਜਾਂਦੀ ਆ। ਚੱਲ ਚੰਗਾ, ਨਾਲੇ ਮੇਰੀ ਗੱਲ ਸੁਣ ਲਾ, ਐਵੇਂ ਉਹਦੇ ਨਾਲ ਨਾ ਕੰਮ 'ਚ ਨਾ ਹੱਥ ਵਟਾਉਣ ਬਹਿ ਜਾ ਕਰ। ਤੂੰ ਤਾਂ 4 ਦਿਨਾਂ ਨੂੰ ਤੁਰ ਜਾਏਗੀ ਭਾਈ, ਮੁੜ ਕੇ ਮੈਨੂੰ ਕਿਹਾ ਕਰੂ ਵੀ ਮੇਰੇ ਨਾਲ ਕੰਮ ਕਰਾ? ਮੈਥੋਂ ਨਹੀਂ ਹੁੰਦਾ ਗੋਲਾ ਧੰਦਾ। ਲੈ ਮਾਸੀ ਦੇਖ ਲਾ, ਆ ਤੇਰੇ ਤੇ ਨਾ ਗੁੱਸਾ ਜਮਾਂ ਹੀ ਨਹੀਂ ਜਾਚਦਾ ਮਾਸੀ ਏ ਮੇਰੀਏ। ਕੋਈ ਨਹੀਂ, ਜਿੰਨਾ ਟਾਈਮ ਮੈਂ ਇੱਥੇ ਆ ਉਹਦੇ ਨਾਲ ਮੈਂ ਉਨਾ ਟਾਈਮ ਹੱਥ ਵਟਾ ਦਿਆ ਕਰੂੰਗੀ। ਜਦੋਂ ਮੈਂ ਵਗ ਗਈ ਉਹਦੇ ਵਿਚਾਰੀ ਨੇ ਕੱਲੀ ਨੇ ਕੰਮ ਕਰਨਾ। ਆਹੋ ਮੇਰੀ ਜਾਨ ਨੂੰ ਕੰਡੇ ਬੀਜ ਜਾ, ਤੂੰ ਨਾ ਆਪਦੀਆਂ ਆਦਤਾਂ ਤੋਂ ਟਲੀ। ਉਹ ਐਂ ਚੰਗਾ ਥੋੜੀ ਲੱਗਦਾ, ਉਹ ਵਿਚਾਰੀ ਘਰ 'ਚ ਕੱਲੀ ਕੰਮ ਕਰਦੀ ਫਿਰਦੀ, ਬਰਾਬਰ ਦੀ ਤਾਂ ਹੈਗੀ ਆ ਮੈਂ, ਕੰਮ ਤਾਂ ਕਰਾਉਣਾ ਬੰਦ ਹੈ। ਇੱਕ ਤਾਂ ਉਹ ਹੋ ਗਈ ਮੈਨੂੰ ਤਪਾਉਣ ਵਾਲੀ, ਦੂਜਾ ਤਾਰੀ ਹੋ ਗਿਆ, ਤੀਜੀ ਤੂੰ। ਹਲੇ ਆਖੂ ਮਾਸੀ ਤੇਰੇ ਤੇ ਗੁੱਸਾ ਚੰਗਾ ਨਹੀਂ ਲੱਗਦਾ। ਮਾਸੀ ਗੁੱਸੇ ਨਾ ਹੋਵੇ ਤਾਂ ਹੋਰ ਕੀ ਕਰੇ? ਬਸ ਕਰ ਮਾਸੀ ਮੇਰੀ, ਬਸ ਕਰ, ਗੁੱਸਾ ਨਾ ਕਰ ਅੜੀਏ। ਤੂੰ ਜਾਣੀ ਆ ਮੈਂ ਉਹਦੇ ਕੋਲੇ, ਚੰਗਾ ਉਹਨੂੰ ਕਹਿੰਨੀ ਆ ਰੋਟੀ ਰੋਟੀ ਬਣਾਉਣ ਨੂੰ, ਤੇ ਨਾਲੇ ਮੈਂ ਉਹਦੇ ਨਾਲ ਕੰਮ ਕਰਵਾ ਦਿੰਨੀ ਆ। ਜਾ ਜਾ ਕੇ ਰਾ, ਉਹ ਨਾ ਕਿਤੇ ਕੱਲੀ ਖੋਜ ਕੇ ਕੰਮ ਕਰਦੀ। ਹਾਂ ਨਾ ਚੰਗਾ ਬੋਲੀ ਹੁਣ, ਰਹਿ ਲੈਣ। ਚਲ ਆ ਜਾ, ਮੈਂ ਵੀ ਚੱਲਦੀ ਆ। ਨਾ ਕੀ ਗੱਲ ਹੋ ਗਈ, ਉਰੇ ਬੈਠੀ ਕੀ ਸੋਚੀ ਜਾਨੀ ਐ? ਜਦ ਤੇ ਝੱਗ ਮਚਾ ਲੈ, ਆਈ ਬੈਠੀ ਖਾਲੀ ਚੁੱਲ੍ਹੇ ਮੂਰੇ। ਮੇਰਾ ਧਿਆਨ ਨਹੀਂ ਰਿਹਾ ਮੰਮੀ। ਹੁਣ ਤੇਰਾ ਧਿਆਨ ਕਾਹਨੂੰ ਰਹਿੰਦਾ ਕੰਮਾਂ ਕਾਰਾਂ 'ਚ? ਤੇਰਾ ਧਿਆਨ ਤਾਂ ਚਵਲਾਂ 'ਚ ਰਹਿੰਦਾ 24 ਘੰਟੇ, ਉਹਨਾਂ ਬਾਰੇ ਸੋਚੀ ਜਾਇਆ ਕਰ, ਉਹ ਤਾਂ ਤੇਰੇ ਬਾਰੇ ਕੁਝ ਸੋਚਦੇ ਨਹੀਂ ਹੈਗੇ। ਮੰਮੀ ਮੈਂ ਤਾਂ ਸੋਚਣਾ ਹੀ ਐ, ਮੈਂ ਤਾਰੀ ਨਾਲ ਵਿਆਹ ਕਰਵਾਇਆ, ਲਵ ਮੈਰਿਜ ਹੋਈ ਐ, ਐਂ ਕਿਵੇਂ ਸੋਚਣਾ ਬੰਦ ਕਰਦਾ ਮੈਂ? ਨਾ ਫਿਰ ਉਹ ਨਹੀਂ ਸੋਚ ਸਕਦਾ ਤੇਰੇ ਬਾਰੇ ਕੁਝ, ਉਹਨੂੰ ਵੀ ਤਾਂ ਸੋਚਣਾ ਚਾਹੀਦਾ ਵੀ ਮੇਰੇ ਘਰ ਵਾਲੀ ਕਿੱਥੇ ਐ। ਆਹੀ ਗੱਲ ਤਾਂ ਹੈ ਮੰਮੀ, ਸਿਮਰਨ ਨੂੰ ਗਈ ਨੂੰ ਮਿੰਟ 'ਚ ਰੱਖ ਲਿਆ, ਮੇਰਾ ਕੋਈ ਜ਼ਿਕਰ ਵੀ ਨਹੀਂ ਕਰਿਆ ਉਹਨਾਂ ਨੇ। ਕਰਦੀ ਆ ਮੈਂ ਵਿਚੋਲੇ ਨੂੰ ਫੋਨ ਵੀ ਕੀ ਗੱਲ ਭਾਈ, ਉਹਨਾਂ ਨੇ ਉਹ ਕੁੜੀ ਤਾਂ ਉੱਥੇ ਵਸਾ ਲਈ, ਤੇਰਾ ਨਾਂ ਵੀ ਨਹੀਂ ਲੈਂਦੇ ਹੈਗੇ। ਸ਼ਾਬਾਸ਼ ਸ਼ਾਬਾਸ਼, ਬਹੁਤ ਵਧੀਆ ਮੱਤ ਦੇ ਰਹੀ ਹੈ ਹਨਾ। ਨਾ ਜਦੋਂ ਅਗਲੇ ਰੱਖ ਕੇ ਰਾਜੀ ਨਹੀਂ ਹੈਗੇ, ਤੂੰ ਕਿਉਂ ਧੱਕਾ ਕਰੀ ਜਾਂਦੀ ਹੈ ਵਾਰੀ ਵਾਰੀ? ਵੀ ਰੱਖਣਗੇ ਕਿਉਂ ਨਹੀਂ, ਉਹਨਾਂ ਦਾ ਪਿਓ ਵੀ ਰੱਖੂਗਾ, ਹੁਣ ਤੱਕ ਤਾਂ ਮੈਂ ਚੁੱਪਤੀ। ਜੇ ਉਹ ਲੈਣ ਤੇ ਨਾ ਆਏ ਨਾ, ਤੂੰ ਵੀ ਦੇਖਦਾ ਜਾਈ, ਮੇਰੇ ਪਿਓ ਦੇ ਸਾਰਿਆਂ ਦੇ 'ਚ ਹੱਕ 'ਚ ਡੰਡਾ ਚਾੜੂੰਗੀ, ਫਿਰ ਲੈ ਕੇ ਜਾਣਗੇ ਇਹਨੂੰ। ਨਹੀਂ ਹਟ ਜਾ ਮਾਂ ਹਟ ਜਾ, ਇਹ ਜਿਹੜੇ ਇਹ ਰੋਣੇ ਧੋਣੇ ਰੋਂਦੀ ਹੈ ਨਾ, ਇਹਨੇ ਆਪਦੇ ਕਰਮਾਂ 'ਚ ਆਪ ਲਿਖੇ ਨੇ ਨਾ। ਇਹ ਜੇ ਸਾਰਾ ਕੁਛ ਪਹਿਲਾਂ ਦੱਸ ਦਿੰਦੀ, ਆਪਾਂ ਨੇ ਤਾਂ ਵਿਆਹ ਕੇ ਤੋਰਨੀ ਸੀਗੀ। ਛੋਟੇ ਨਾਲ ਨਹੀਂ ਵੱਡੇ ਨਾਲ ਤੋਰ ਦਿੰਦੇ,
शर्म तो इन आप नहीं आई है। फिर की हो गया जे जवाकड़ी तो गलती होगी हूं ऐसे तो मगर पिया रही उन्होंने ना कुछ कहीं चंगा उन्होंने भी पति है भी तू अपनी भैन का किन्ना क कर दें ताइयों तो यह नौ नहीं लेंदे उत्थे बसाउण दा मेरा तो तू लाडली भैन दियां लैना नीमा मेरा तो मैं दोहां दियां लै लां इहने मेरा वाला कोई घर चज दा काम करेगा मैनू एक गल नहीं समझ आउंदी भी अजकल तो बंदे का दो बंदे का भरोसा नहीं वह तो इन्ने नशे करदे की पता कदों फुड़क जे ने फिर की हो गया जे नशे करदा ब्याह तो बाद वड्डे वड्डे नशेड़ी सुधर जांदे ने नाल जे ओह नशे करदा तेरे कहण दा मतलब इह है भी मैं मेरी धी नूं किते होर ब्याह दा ना फिर लोग तैनूं बड़ी शाबाशे देणगे इही लोग कहणगे पहला प्राणा तो ज्यौदा जागदा धी किते होर तोरती फिर लोगों की गल का किवें जवाब देगा तू नीमा तू क्यों कमली हुई है क्यों तेरा दिमाग खराब होया तू आप समझ भी हो इन्ने नशे करदा क्यों अपनी धी की जिंदगी खराब करनी है तू ना तू की लैना है मेरे तो नाले मेरी धी तो तेरी तो वह लगती है सकी भैन जिड़ी मैं उत्थे छड्ड के आया बसण वास्ते यह नहीं तेरी कुछ लगती बुलबुल तू ही दिमाग तो कम लै लै मैं तेरा माड़ा नहीं चाहता है क्यों तू अपनी जिंदगी खराब करने तुली हुई है ना वीरे मैं तारे नाल जीवन मरण की कसम खादी हुई ने गल उहदी नशे पत्ते की है कोई ना एक दिन तो मैं उहदा नशा पत्ता छड़ा के रहांगी तुसी फिकर ना करो नीमा थोड़े मामा तिया के कन ते जू नहीं सरकदी है ना ओए मैं थोनू किन्ना समझाउण लग्या माड़ा मोटा कल्लू हथ मार लो आ बांदा थोड़े मूहरे हथ आपदे आउण बारे कल बारे सोच लो बे तू इत्थों ना तुरदा बन बड़ा सियाणा जिहा ना बन मैनू सब पता है मेरी धी वास्ते मैं की करना है की नहीं करना एक गल होर जिहड़े 30 किले दे सहुरे दी जमीन है ना उस कल्ली नूं नहीं मैं उत्थे राज करन दिंदी इह तां तू बहम दिल चों कढ दे मां तू फटाफट ना विचोले नूं बुला के ना कोई हल कर दे मैं उहनूं उत्थे राज करदी नहीं देख सकदी कोई ना धीए तू ना फिकर कर तेरे हुंदे उस घरे उह राज तां की नौकराणी भी नहीं रह सकदी वाह शाबाशे ओए मैं बहुत मां बाप देखे ने आपदे धी पुत नूं चंगे राह पाउंदे होणे आ पहली मां देखी है जिहड़ी आपदी धी नूं ही पुठियां पट्टियां पढ़ाउण लगी होई है हाँ मैं तां पढ़ाऊंगी पुठियां पट्टियां तू दस की कर लेगा मेरी धी है मेरे दिल च जो आऊगा ओही कहूंगी मैं तां मैं हाथ जोड़ दी मां अकलेश बंद करो मैं इत्थे नहीं रहना विचोले नूं बुला के ना कोई हल कर दो मेरा मेरे तां ओह अखां च रड़कदी है चल कोई ना तू फिकर ना कर कर दियां विचोले नूं फोन कर दियां उहदा कंजर दा स्यापा मैं मुड़ के कोई जवाब सवाल ही नहीं दिता उहने ओहो सारा दिन तुसी काम करी जाने हो इन्हां नूं रखो पहला ते आ फड़ो चाह लिया मैनूं इक गल दस सिमरा जदों तू आई है ना एक चेहरे ते उही परेशानी ही दिख रही आ ओहो अही जी कोई गल नहीं हैगी थोनू भी पता भी अपने परिवार च की कुछ चल रहा बस ओनू लैके मैं थोड़ी जी परेशान सी ओ कोई ना है गया ना मैं आपां हौली हौली सारे परिवार दे सारे रौले नबेड़ दांगे तू टेंशन ना लै बस मैनूं इन्नी बहुत आ तू मेरे नाल आ ओ जी मैं थोनू एक गल कहां गुस्सा तो नहीं कर दे दस मैं थोनू ऐ कहंदी सी भी जे तुसी मम्मी नाल एक बार गल कर लो बुलबुल नूं वापस ले आईए दो जिंदगियां बच जाणगियां तारी भी नाले नशे छड़ दूगा ਉਹਦਾ ਵੀ ਪਰਿਵਾਰ ਬਚ ਜੂ ਉਹ ਤਾਂ ਠੀਕ ਆ ਪਰ ਆਹ ਬੁਲਬੁਲ ਤੇ ਤਾਰੀ ਨੇ ਇੱਕ ਕੰਮ ਗਲਤ ਕੀਤਾ ਜਿਹੜਾ ਆਹ ਘਰੋਂ ਭੱਜ ਗਏ ਆਪਾਂ ਨੂੰ ਦੱਸ ਦਿੰਦੇ ਆਪਾਂ ਵਿਆਹ ਹੀ ਨਾ ਕਰਾ ਦਿੰਦੇ ਹਾਂਜੀ ਉਹ ਤਾਂ ਹੈਗੀ ਹੈ ਗੱਲ ਪਰ ਉਹਨਾਂ ਦੀ ਆਹ ਗਲਤੀ ਦੀ ਸਜ਼ਾ ਹੁਣ ਉਹਨਾਂ ਨੂੰ ਸਾਰੀ ਉਮਰ ਥੋੜ੍ਹੀ ਦੇਣੀ ਹੈ ਚੱਲ ਕੋਈ ਗੱਲ ਨਹੀਂ ਤੂੰ ਠੰਡ ਰੱਖ ਘਰ ਦਾ ਮਾਹੌਲ ਸੈੱਟ ਹੋ ਜਾਣ ਦੇ ਆਪਾਂ ਕਰ ਲਾਂਗੇ ਗੱਲ ਚੱਲ ਕੀ ਗੱਲ ਭਾਬੀ ਵੀਰ ਨੂੰ ਚਾਹ ਪਿਲਾਉਣ ਦਾ ਇੱਕ ਬਹਾਨਾ ਹੀ ਲੱਗਦਾ ਸੀ ਕਰਨੀਆਂ ਤਾਂ ਮੈਨੂੰ ਲੱਗਦਾ ਵੀਰੇ ਨਾਲ ਬੈਠ ਕੇ ਗੱਲਾਂ ਸੀ ਤੂੰ ਉਹ ਨਾ ਨਾ ਦੀਦੀ ਇਹੀ ਜੀ ਕੋਈ ਗੱਲ ਨਹੀਂ ਹੈਗੀ ਚੱਲ ਠੀਕ ਆ ਕੋਈ ਨੀ ਤੁਸੀਂ ਤਾਂ ਮਾਰੋ ਆਪਦੀਆਂ ਗੱਲਾਂ ਮੈਂ ਤਾਂ ਵੀਰੇ ਇਹ ਕਹਿਣ ਆਈ ਸੀ ਵੀ ਮਾਸੀ ਨਾ ਤੈਨੂੰ ਬਾਹਰ ਬੁਲਾਈ ਜਾਂਦੀ ਆ ਪਰ ਮੰਮੀ ਨੇ ਕਰਾਉਣਾ ਕੀ ਹੈ ਮੇਥੋਂ ਇਹ ਤਾਂ ਵੀਰੇ ਮੈਨੂੰ ਕੀ ਪਤਾ ਤੂੰ ਆ ਕੇ ਬਾਹਰ ਮਾਸੀ ਦੀ ਗੱਲ ਸੁਣ ਲੈ ਆ ਠੀਕ ਆ ਮੈਂ ਆਉਣਾ ਚੱਲ ਤੁਸੀਂ ਚਾਹ ਪੀ ਕੇ ਆ ਜਾ ਲੈ ਦੱਸ ਆ ਮੁੰਡੇ ਦਾ ਵੀ ਸਰੇ ਹੀ ਪਿਆ ਜਾ ਕੇ ਉਹਦੇ ਸਰਾਣੇ ਬਹਿ ਗਿਆ ਵੀ ਹੋਰ ਤਾਂ ਘਰ ਦੇ ਕੰਮ ਮੁੱਕ ਗਏ ਹਾਂ ਮੈਂ ਤਾਂ ਕੀ ਇਕੱਲੇ ਗੁਣਗੁਣ ਜੀ ਕਰੀ ਜਾਂਦੀ ਆ ਗੁਣਗੁਣ ਕੀ ਕਰਦੀ ਆ ਭਾਈ ਤੈਨੂੰ ਮਾੜੀ ਮੋਟੀ ਵੀ ਸ਼ਰਮ ਨਹੀਂ ਹੈਗੀ ਟੀਵੀ ਦੇ ਕੋਲੇ ਉਹਦੀ ਬਹਿ ਗਿਆ ਜਾ ਕੇ ਲੈ ਹੁਣ ਜੇ ਮੈਂ ਬਹਿ ਕੇ 10 ਮਿੰਟ ਚਾਹ ਪੀ ਲਈ ਫੇਰ ਕੀ ਹੋ ਗਿਆ ਬੇ ਮੇਰੀ ਗੱਲ ਸੁਣ ਲਾ ਉਹਦਾ ਤਾਰੀ ਦਾ ਵੀ ਪਤਾ ਕਰ ਲਾ ਵੀ ਕਿੱਥੇ ਆ ਕਿੱਥੇ ਨਾ ਤੈਨੂੰ ਉਹਦੀ ਫਿਕਰ ਹੈਗੀ ਐ ਉਹ ਫਿਕਰ ਤਾਂ ਹੈਗੀ ਆ ਮੈਂ ਗਿਆ ਸੀਗਾ ਉਹਦੇ ਕੋਲ ਆਈ ਨਹੀਂ ਹੈਗਾ ਮੇਰੇ ਨਾਲ ਹੁਣ ਦੱਸ ਮੈਂ ਕੀ ਕਰਾਂ ਬੇ ਕਿਤੇ ਉਹਨੂੰ ਤੂੰ ਦੱਸ ਤਾਂ ਨਹੀਂ ਦਿੱਤਾ ਵੀ ਸਿਮਰ ਘਰੇ ਆ ਗਈ ਨਾ ਨਾ ਮੈਂ ਉਹਦੇ ਲਈ ਕੋਈ ਗੱਲ ਨਹੀਂ ਕਰੀ ਨਾਲੇ ਤੈਨੂੰ ਲੱਗਦਾ ਵੀ ਮੈਂ ਉਹਦੇ ਲਈ ਕੋਈ ਗੱਲ ਕਰਦਾ ਮੈਨੂੰ ਤਾਂ ਭਾਈ ਆਹੀ ਫਿਕਰ ਵੱਡ ਵੱਡ ਖਾਈ ਜਾਂਦੇ ਵੀ ਜੇ ਘਰੇ ਆ ਗਿਆ ਉਹਨੂੰ ਪਤਾ ਲੱਗ ਗਿਆ ਵੀ ਇਹ ਆ ਗਈ ਘਰੇ
ਉਹਨੇ ਤਾਂ ਪਤਾ ਨਹੀਂ ਕਿੱਥੋਂ ਬੋਲਣਾ, ਉਹਦੀ ਕਹਿ ਦੂ ਵੀ ਇਹਦੇ ਵਾਲੀ ਨੂੰ ਲਿਆਂਦਾ ਮੇਰੇ ਵਾਲੀ ਘਰੋਂ ਕੱਢ ਤੀ, ਉਹ ਤਾਂ ਖਬਰਾ ਕੀ ਖੂਨ ਖਾੜਾ ਕਰੂ ਇੱਥੇ। ਬੇਬੇ ਮੈਂ ਇੱਕ ਗੱਲ ਕਰਨੀ ਸੀ। ਹਾਂ ਦੱਸ। ਮੈਂ ਕਹਿੰਦਾ ਸੀ ਜਿਵੇਂ ਹੁਣ ਆਪਾਂ ਸਿਮਰ ਨੂੰ ਇੱਥੇ ਵਸਾ ਲਿਆ, ਜੇ ਆਪਾਂ ਬੁਲਬੁਲ ਨੂੰ ਵੀ ਇੱਥੇ ਲਿਆਈਏ, ਤਾਰੀ ਦਾ ਘਰ ਵੀ ਵਸਾ ਦਈਏ। ਤੂੰ ਇਹ ਗੱਲ ਤਾਂ ਨਾ ਭੁੱਲੀ ਜਾ ਵੀ ਮੈਂ ਬੁਲਬੁਲ ਨੂੰ ਇੱਥੇ ਲੈ ਕੇ, ਨਾਲੇ ਸਿਮਰ ਕਿਹੜਾ ਉਈ ਆ ਗਈ, ਨੱਕ ਨਾਲ ਲਖੀਰਾਂ ਕਢਾਈਆਂ ਮੈਂ ਅਗਲੀ ਦੀਆਂ। ਹਾਂ ਉਹ ਚੱਲ ਕੋਈ ਗੱਲ ਨਹੀਂ ਬੇਬੇ, ਹੁਣ ਛੱਡ ਵੀ ਦੇ, ਵੈਸੇ ਵੀ ਆਪਾਂ ਪਹਿਲਾਂ ਤਾਂ ਬੁਲਬੁਲ ਨੂੰ ਹੀ ਪਸੰਦ ਕਰਿਆ ਸੀ ਮੇਰੇ ਵਾਸਤੇ, ਚੱਲ ਕੋਈ ਗੱਲ ਨਹੀਂ ਹੁਣ ਤਾਰੀ ਨਾਲ ਵਿਆਹ ਲੈਂਦੇ ਹਾਂ, ਹੈਗੀ ਤਾਂ ਨੂੰ ਹੀ ਹੈ ਇਸ ਘਰ ਦੀ। ਮੈਂ ਉਹਨੂੰ ਪਸੰਦ ਕੀਤਾ ਸੀ ਵੀ ਇਹ ਮੇਰੀ ਨੂੰਹ ਬਣ ਕੇ ਆਊਗੀ, ਪਰ ਉਹ ਨੂੰਹ ਨਹੀਂ ਬਣੀ, ਉਹ ਤਾਂ ਭੱਜ ਕੇ ਆਈ ਹੈ, ਉਹਨੇ ਸਾਰੇ ਪਿੰਡ 'ਚ ਮੇਰੀ ਥੂ ਥੂ ਕਰਾ ਤੀ। ਤੂੰ ਕਹਿਣਾ ਵੀ ਉਹਨੂੰ ਘਰੇ ਵਸਾ ਲਾ। ਉਹ ਫਿਰ ਕੀ ਹੋ ਗਿਆ ਬੇਬੇ, ਐਡੀ ਕਿੱਡੇ ਗੱਲ ਹੋ ਗਈ, ਵੈਸੇ ਵੀ ਹੁਣ ਪਿੰਡ 'ਚ ਰੌਲਾ ਤਾਂ ਪਈ ਗਿਆ, ਦੇਖੀ ਜਾਊਗੀ ਜਿਹੜਾ ਕੁਛ ਹੁੰਦਾ, ਉਹਨੂੰ ਵੀ ਲਿਆਉਂਦੇ ਹਾਂ। ਇਹ ਤਾਂ ਕਦੇ ਵੀ ਨਹੀਂ ਹੋ ਸਕਦਾ ਵੀ ਉਹਨੂੰ ਮੈਂ ਇਸ ਘਰ 'ਚ ਆਉਣ ਦੇ ਦੂੰ, ਨਾਲੇ ਜਿੰਨਾ ਚਿਰ ਭਾਈ ਮੈਂ ਜਿਉਂਦੀ ਹਾਂ ਮੈਂ ਤਾਂ ਨਹੀਂ ਇਹ ਹੋਣ ਦਿੰਦੀ। ਬੇਬੇ ਕਿਸੇ ਨਾਲ ਤਾਂ ਵਿਆਹਣੀ ਹੈ ਤਾਰੀ ਨੂੰ, ਬੁਲਬੁਲ ਨਾਲ ਵਿਆਹ ਦਿੰਦੇ ਹਾਂ। ਬੇ ਫਿਰ ਮੇਰੇ ਪੁੱਤ ਨੂੰ ਕੀ ਘੱਟ ਹੈਗਾ, ਮੈਂ ਕਿਤੇ ਹੋਰ ਵਿਆਹ ਦੂੰ, ਨਾਲੇ ਮੇਰੀ ਗੱਲ ਸੁਣ, ਮੈਂ ਉਹਨੂੰ ਲੈ ਕੇ ਵੀ ਕਿਹਦੇ ਆਸ ਰਿਹਾ ਵਾਂ, ਆਪ ਤਾਂ ਉਹ ਘਰੇ ਨਹੀਂ ਖੜਦਾ, ਸਾਰਾ ਦਿਨ ਖਾ ਕੇ ਨਸ਼ਾ ਕਦੇ ਕਿਤੇ ਡਿੱਗਿਆ ਰਹਿੰਦਾ ਕਦੇ ਕਿਤੇ ਰਹਿ ਗਿਆ, ਮੈਂ ਉਹ ਤੋਂ ਕੀ ਕਰਾਉਣਾ ਇੱਥੇ। ਬੇਬੇ ਜਦੋਂ ਵਿਆਹ ਹੈ ਗਿਆ ਕੱਲ ਨੂੰ ਸੁਧਰ ਵੀ ਸਕਦਾ ਉਹ। ਸੁਧਰ ਜੂ, ਉਹਦੇ ਸੁਧਰਨ ਵਾਲੇ ਲੱਛਣ ਦਿੰਦੇ ਆ ਤੈਨੂੰ, ਇਹ ਤਾਂ ਬੇਬੇ ਕੋਈ ਪਤਾ ਹੀ ਨਹੀਂ ਹੁੰਦਾ ਕਦੋਂ ਸੁਧਰ ਜੇ ਬੰਦਾ। ਬਸ ਤੂੰ ਮੈਨੂੰ ਨਾ ਬਾਹਲੀਆਂ ਨਾ ਮੱਤਾਂ ਦੇਆ ਕਰ, ਇੱਕ ਤਾਂ ਮਨਪ੍ਰੀਤ ਹੋ ਗਈ ਮੈਨੂੰ ਮੱਤਾਂ ਦੇਣ ਵਾਲੀ, ਦੂਜਾ ਤੂੰ ਕਮਲੇ ਕਰ ਛੱਡਿਆ ਮੈਨੂੰ। ਤੁਸੀਂ ਸਾਨੂੰ ਕਮਲੇ ਕਰਕੇ, ਸਾਡੀ ਤਾਂ ਕੋਈ ਗੱਲ ਸੁਣਦੇ ਨਹੀਂ ਹੈਗੇ। ਕੀ ਸੁਣਾ, ਜੇ ਕੋਈ ਤੇਰੀ ਚੱਜ ਦੀ ਗੱਲ ਹੋਵੇ ਤਾਂ ਸੁਣ ਲਾ, ਜਦੋਂ ਤੈਨੂੰ ਮੈਂ ਇੱਕ ਵਾਰੀ ਕਹਿਤਾ ਵੀ ਮੈਂ ਤਾਂ ਉਹਨੂੰ ਨਫ਼ਰਤ ਕਰਦੀ ਹਾਂ ਭਾਈ, ਮੈਂ ਨਹੀਂ ਬੁਲਬੁਲ ਨੂੰ ਇੱਥੇ ਬਸਣ ਦਿੰਦੀ। ਚੱਲ ਮਰਜੀ ਬੇਬੇ ਤੇਰੀ, ਜਿਵੇਂ ਤੈਨੂੰ ਠੀਕ ਲੱਗਦਾ ਤੂੰ ਉਵੇਂ ਕਰ ਲਾ। ਆਏ ਉਹਨੂੰ ਮੈਂ ਕਿਵੇਂ ਇੱਥੇ ਲੈ ਆਵਾਂ, ਨਾਲੇ ਤੇਰੀ ਸੱਸ ਦੀ ਲੁਤਰੋ ਦੇਖਿਆ ਕਿਵੇਂ ਚੱਲਦੀ ਹੈਗੀ, ਕੀ ਕੁਛ ਬੋਲਦੀ ਸੀਗੀ, ਮੈਂ ਨਹੀਂ ਲੈ ਕੇ ਆਉਂਦੀ ਉਹਨੂੰ। ਉਹ ਫਿਰ ਹੁਣ ਹੈਗੇ ਨੇ ਤਾਂ ਜਿਹੇ ਜਿਹੇ ਹੈਗੇ ਨੇ, ਚੱਲ ਛੱਡ। ਜਾਂ ਤੂੰ ਮੇਰਾ ਖਿਹੜਾ ਛੱਡ ਦੇ, ਨਾ ਮੇਰਾ ਦਿਮਾਗ ਖਾਇਆ ਕਰ, ਇੰਨੀ ਮੇਰੇ 'ਚ ਹਿੰਮਤ ਹੈ ਨਹੀਂ ਵੀ ਤੁਹਾਡੇ ਇਕੱਲੇ ਇਕੱਲੇ ਨਾਲ ਮੱਥਾ ਮਾਰਾਂ ਮੈਂ। ਬੇਬੇ ਮੱਥਾ ਤੈਂ ਲਾਇਆ ਮੇਰੇ ਨਾਲ ਹੁਣ, ਮੈਂ ਉੱਥੋਂ ਬੁਲਾਇਆ ਮੈਨੂੰ, ਨਾਲੇ ਤਾਂ ਮੈਂ ਗੱਲ ਕਰਨੀ, ਨਾਲੇ ਕੋਈ ਜੱਜ ਦੀ ਗੱਲ ਨਹੀਂ। ਬੇ ਫਿਰ ਮੈਂ ਤਾਂ ਤੈਨੂੰ ਐਂ ਕਹਿਣੀ ਵੀ ਤਾਰੀ ਦਾ ਪਤਾ ਲੈ ਲਾ, ਹੋਰ ਹੀ ਗੱਲਾਂ ਲੈ ਕੇ ਬਹਿ ਗਿਆ, ਮੈਂ ਤਾਰੀ ਦੀ ਗੱਲ ਕਰਦੀ ਆਪ ਵਿੱਚ ਬੁਲਬੁਲ ਲੈ ਆਇਆ, ਨਾਲੇ ਮੇਰੀ ਗੱਲ ਸੁਣ ਲੈ, ਇਹ ਮੇਰਾ ਘਰ ਹੈ, ਕੋਈ ਅਨਾਥ ਆਸ਼ਰਮ ਨਹੀਂ ਹੈਗਾ ਵੀ ਜਿਹਦਾ ਜਦੋਂ ਜੀ ਕੀਤਾ ਚੁੰਨੀ ਚੱਕ ਕੇ ਤੁਰ ਜਾਓ, ਜਦੋਂ ਜੀ ਕੀਤਾ ਆ ਜੇ। ਐ ਥੋੜੀ ਨਾ ਹੁੰਦਾ ਬੇਬੇ, ਜੇ ਹੁਣ ਤਾਰੀ ਘਰੇ ਨਾ ਮੁੜ ਕੇ ਆਇਆ ਫਿਰ। ਨਹੀਂ ਆਉਂਦਾ ਨਾ ਆਵੇ, ਅੱਗੇ ਕਿਹੜਾ ਨਾਲੇ ਰੋਜ਼ ਹੀ ਘਰੇ ਆਉਂਦਾ। ਇਹ ਮੇਰੀ ਗੱਲ ਸੁਣ ਲਾ, ਮੈਂ ਤੇਰੇ ਜਿੱਦਾਂ ਨਹੀਂ ਪੁੱਗਣ ਦਿੰਦੀ ਭਾਈ। ਚੱਲ ਕੋਈ ਗੱਲ ਨਹੀਂ ਬੇਬੇ, ਤੇਰੀ ਮਰਜ਼ੀ ਆ, ਨਾ ਪੁੱਗਣ ਦੇ, ਬਸ ਖੁਸ਼ ਆ ਹੁਣ ਤਾਂ। ਮੈਂ ਮੋਟਰ ਬੰਦ ਕਰਕੇ ਨਾ, ਮੈਂ ਲੈ ਟੈਂਕੀ ਭਰ ਕੇ। ਓਹੋ ਭਾਬੀ ਤੂੰ ਕਿਉਂ ਰੋਈ ਜਾਂਦੀ ਆ, ਤੇਰੀਆਂ ਅੱਖਾਂ 'ਚ ਤਾਂ ਹੰਝੂ ਜਮਾਂ ਹੀ ਸੋਹਣੇ ਨਹੀਂ ਲੱਗਦੇ, ਕਿਉਂ ਤੂੰ ਫਿਕਰ ਕਰਦੀ ਆ? ਮੈਂ ਤੇ ਬਾਈ ਨਾ ਆਪੀ ਮਾਸੀ ਨੂੰ ਮਨਾਵਾਂਗੇ ਤੇ ਤੇਰੀ ਭੈਣ ਨੂੰ ਇਸ ਘਰ 'ਚ ਲੈ ਕੇ ਆਵਾਂਗੇ। ਨਹੀਂ ਦੀਦੀ, ਮੈਨੂੰ ਨਹੀਂ ਲੱਗਦਾ ਵੀ ਮੰਮੀ ਬੁਲਬੁਲ ਨੂੰ ਇਸ ਘਰ 'ਚ ਲਿਆਉਣ ਦੇਣਗੇ। ਕਿਉਂ ਨਹੀਂ ਲਿਆਉਣ ਦੇਣਗੇ, ਜਦੋਂ ਮੈਂ ਤੈਨੂੰ ਕਹਿਤਾ ਨਾ, ਨਾਲੇ ਕੋਈ ਵੀ ਭੈਣ ਨਾ ਇਹ ਨਹੀਂ ਚਾਹੁੰਦੀ ਹੁੰਦੀ ਵੀ ਉਹਦੇ ਭਰਾਵਾਂ ਦਾ ਘਰ ਨਾ ਵਸੇ। ਮੈਂ ਤਾਂ ਜਮਾਂ ਹੀ ਨਹੀਂ ਚਾਹੁੰਦੀ ਵੀ ਮੇਰੇ ਇੱਕ ਭਰਾ ਦਾ ਘਰ ਵਸ ਜੇ ਤੇ ਦੂਜੇ ਦਾ ਵਸੇ ਨਾ। ਮੈਂ ਤਾਂ ਜਿੰਨਾ ਟਾਈਮ ਆਪਦੇ ਦੋਨੇ ਭਰਾਵਾਂ ਦਾ ਘਰ ਨਹੀਂ ਨਾ ਵਸਾ ਦਿੰਦੀ, ਉਨਾ ਟਾਈਮ ਇੱਥੋਂ ਕਿਤੇ ਨਹੀਂ ਜਾਂਦੀ। ਤੂੰ ਰੋਣਾ ਬੰਦ ਕਰ, ਫਿਰ ਮੈਂ ਕਹਿਤਾ ਨਾ ਵੀ ਤੇਰੀ ਭੈਣ ਨੂੰ ਇਸੇ ਘਰੇ ਲੈ ਕੇ ਆਵਾਂਗੀ। ਪਤਾ ਨਹੀਂ ਦੀਦੀ ਕਦੋਂ ਉਹ ਟਾਈਮ ਆਊਗਾ ਜਦੋਂ ਬੁਲਬੁਲ ਵੀ ਇਸ ਘਰ 'ਚ ਆਊਗੀ। ਆਊਗਾ ਕਿਉਂ ਨਹੀਂ, ਟਾਈਮ ਤਾਂ ਬਹੁਤ ਛੇਤੀ ਆਊਗਾ ਉਹ। ਲੈ ਦੇਖ ਲਾ, ਆਉਣ ਸਾਰ ਮੁੰਡੇ ਨੂੰ ਪੱਟੀਆਂ ਵੀ ਪੜਾਉਣ ਲੱਗ ਗਈ ਹਨਾ। ਮੰਮੀ ਮੈਂ ਤਾਂ ਉਹਨਾਂ ਨੂੰ ਕੁਝ ਕਿਹਾ ਹੀ ਨਹੀਂ ਹੈਗਾ। ਅੱਛਾ, ਹੋਰ ਉਹੀ ਮੈਨੂੰ ਕਹੀ ਜਾਂਦਾ ਵੀ ਆਪਾਂ ਬੁਲਬੁਲ ਨੂੰ ਲੈ ਆਈਏ, ਉਹਦਾ ਨਹੀਂ ਇੰਨਾ ਦਿਮਾਗ ਕੰਮ ਕਰਦਾ। ਕਾਹਦਾ ਰੌਲਾ ਪਾ ਕੇ ਤੁਸੀਂ ਨੇ, ਕਿਉਂ ਇਹਦੇ ਗੱਲ ਪਏ ਆ ਵਿਚਾਰੀ ਦੇ? ਇਹਦੇ ਗੱਲ ਨਹੀਂ ਪੈਂਦੀ, ਸਹੀ ਗੱਲ ਕਹਿਣੀ ਆ ਮੈਂ, ਸਾਰੀਆਂ ਪੱਟੀਆਂ ਇਹਨੇ ਪੜਾਈਆਂ ਤੈਨੂੰ, ਤਾਂ ਹੀ ਤੂੰ ਕਹਿਣਾ ਵੀ ਆਪਾਂ ਨੂੰ ਲੈ ਆਈਏ। ਮੈਨੂੰ ਕੋਈ ਪੱਟੀ ਨਹੀਂ ਪੜਾਈ ਹੈਗੀ, ਉਹ ਤਾਂ ਮੈਂ ਉਹੀ ਗੱਲ ਕਰੀ ਸੀ, ਮਾ ਚੱਲ ਬਾਈ ਦਾ ਘਰ ਵਸ ਜੂਗਾ। ਬੇ ਬਾਈ ਦਾ ਘਰ ਨਹੀਂ, ਇਹ ਆਪਦੀ ਭੈਣ ਦਾ ਘਰ ਵਸਾਉਣਾ ਚਾਹੁੰਦੀ ਹੈ। ਹਾਂ ਉਹ ਆਪਣੇ ਭਲੇ ਵਾਸਤੇ ਗੱਲ ਕੀਤੀਆਂ ਨੇ। ਮਾਸੀ ਤੂੰ ਬੁੱਧੂ ਮਗਰ ਲੱਗ ਜਿਆ ਕਰ ਇਹਦੇ। ਮਾਸੀ ਤੈਨੂੰ ਕਿਉਂ ਨਹੀਂ ਖੁਸ਼ੀ ਹੁੰਦੀ ਵੀ ਤੇਰੇ ਦੋਨੇ ਪੁੱਤਾਂ ਦਾ ਘਰ ਬਰਾਬਰ ਵਸੇ? ਉਹੀ ਤਾਂ ਗੱਲ ਆ, ਉਹੀ ਤਾਂ ਬਈ ਇਹਨੂੰ ਮੈਂ ਸਮਝਾਉਂਦਾ। ਅਸੀਂ ਬਾਈ ਨੂੰ ਸੋਚ ਕੇ, ਬਾਈ ਬਾਰੇ ਸੋਚ ਕੇ ਫੇਰ ਤੇਰੇ ਨਾਲ ਇਹ ਗੱਲ ਕਰਦੇ ਆ ਵੀ ਕੋਈ ਨਾ ਉਹਨੂੰ ਵੀ ਇਸ ਘਰੇ ਲੈ ਆਉਂਦੇ ਆ। ਸੋਚਦੇ ਇਹ ਬਾਈ ਬਾਰੇ, ਮੇਰੀ ਗੱਲ ਸੁਣ ਲੈ ਕੁੜੀਏ, ਜੇ ਇਸ ਘਰ ਦੇ ਵਿੱਚ ਰਹਿਣਾ ਨਾ ਤਾਂ ਸਿੱਧੀ ਮੱਤ ਨਾ ਰਹਿ, ਜਿਹੜੀਆਂ ਬਹਿਤਾਂ ਹੀ ਤੂੰ ਕਰਦੀਆਂ ਫੇਰ ਨਾ ਕਹੀਂ ਵੀ ਮੈਨੂੰ ਵੀ ਘਰੋਂ ਕੱਢਤਾ। ਮੰਮੀ ਮੈਂ ਤਾਂ ਇਹਨਾਂ ਨੂੰ ਕੁਝ ਕਿਹਾ ਹੀ ਨਹੀਂ, ਮੈਂ ਤਾਂ ਇੱਥੇ ਸਗੋਂ ਤੁਹਾਡੀਆਂ ਹੀ ਗੱਲਾਂ ਸੁਣ ਰਹੀ ਸੀ। ਮਾਸੀ ਤੇ ਜਿਹੜੀਆਂ ਪੱਟੀਆਂ ਨੂੰ ਪਹਿਲਾਂ ਪੜਾ ਕੇ ਤੋਰੀਆਂ ਅੰਦਰੋਂ ਉਹ ਬਈ ਤੂੰ ਉੱਥੇ ਗਈ ਸੀ ਨਾ, ਕੀ ਬੋਲਿਆ ਸੀ ਮਾਤਾ ਉੱਥੇ ਮੈਨੇ ਮੈਨੂੰ ਸਿਮਰ? ਮਾਸੀ ਮੇਰੀ ਗੱਲ ਸੁਣ, ਕੋਈ ਵੀ ਕਿਸੇ ਨੂੰ ਕੁਛ ਨਹੀਂ ਬੋਲਦਾਗਾ, ਲੋਕ ਨਾ ਗੱਲਾਂ ਕਰਦੇ ਆ ਵੀ ਇਹਨਾਂ ਨੇ ਸਕੀਆਂ ਭੈਣਾਂ ਵਿਆਹੀਆਂ ਸੀ, ਹੁਣ ਇੱਕ ਨੂੰ
ਜਿੱਦ ਵੀ ਛੱਡ ਦਿਆ ਕਰੋ ਮਾਤਾ। ਮੈਂ ਨਹੀਂ ਜਿੱਦ ਛੱਡਦੀ ਵੇ। ਓਹੋ ਚੱਲ ਕੋਈ ਨਾ ਭਾਬੀ, ਤੂੰ ਫੇਰ ਰੋਣ ਲੱਗ ਪਈ। ਤੈਨੂੰ ਕਿਹਾ ਨਾ ਵੀ ਮੈਂ ਤੇ ਵੀਰਾ ਤੇਰੇ ਨਾਲ ਆ, ਕੋਈ ਨਾ। ਚੱਲ ਕੋਈ ਗੱਲ ਨੀ ਬਾਈ, ਤੁਸੀਂ ਮਨਪ੍ਰੀਤ ਲੈ ਜਾਓ ਸੁੰਦਰ ਨੂੰ ਅੰਦਰ। ਆਉਣਾ ਆ ਜਾ ਭਾਬੀ। ਕਿਹਦਾ ਕਹਿੰਦੇ ਨੇ ਦਾਰੂ ਪੀਤੀ ਚ ਬੋਲਦਾ, ਅੱਜ ਤਾਂ ਦਾਰੂ ਵੀ ਨਹੀਂ ਪੀਤੀ, ਅੱਜ ਕਹਿ ਕੇ ਦਿਖਾਉਣ ਕੁਛ ਕਰ ਗਈ ਉਹੀ ਨਾ। ਇੰਨਾ ਤਾਂ ਕੋਈ ਮਤਰੀ ਮਾਂ ਨਹੀਂ ਕਰਦੀ ਜਿੰਨਾ ਇਹਨੇ ਮੇਰੇ ਨਾਲ ਕਰੀ ਹੈ। ਹਜੇ ਮੈਂ ਉੱਧਰ ਉਹਨਾਂ 'ਤੇ ਯਕੀਨ ਨਹੀਂ ਕਰਦਾ ਸੀ ਵੀ ਨਾ, ਮੇਰੀ ਮਾਂ ਅਤੇ ਮੇਰਾ ਭਾਈ ਇਹ ਨਹੀਂ ਫਰਕ ਕਰ ਸਕਦੇ ਮੇਰੇ ਨਾਲ, ਪਰ ਇੰਨਾ ਨਹੀਂ ਫਰਕ ਕਰਿਆ। ਮਾਂ ਮਾਂ ਇੱਕ ਮੈਨੂੰ ਹਾਕਾ ਮਾਰਦਾ ਆਉਂਦਾ। ਹਾਂ ਦੱਸ, ਆਏ ਰਿੰਗਦਾ ਆਉਣਾ ਸੱਤ ਘਰਾਂ 'ਚ ਸੁਣਦਾ। ਪਹਿਲਾਂ ਤਾਂ ਹੁਣ ਮੇਰਾ ਮੂੰਹ ਸੁੰਘ ਲਾ, ਮੈਂ ਦਾਰੂ ਨਹੀਂ ਪੀਤੀ, ਹੁਣ ਦਾਰੂ ਦਾ ਨਾਂ ਨਾ ਲਾ ਦੀ ਵੀ ਮੈਂ ਦਾਰੂ ਪੀ ਕੇ ਬੋਲਦਾ। ਨਾ ਇੱਕ ਗੱਲ ਦੱਸ, ਤਾਂ ਮੇਰੇ ਤੇ ਗੁਰਵਿੰਦਰ 'ਚ ਫਰਕ ਕਾਹਤੋਂ ਰੱਖਿਆ? ਲੈ ਮੈਂ ਕੀ ਫਰਕ ਕੀਤਾ? ਕਿਉਂ ਨਹੀਂ ਫਰਕ ਕਰਿਆ? ਨਾ ਤੂੰ ਗੁਰਵਿੰਦਰ ਵਾਲੀ ਨੂੰ ਉਰੇ ਲਿਆ ਕੇ ਅੰਦਰ ਬਾੜੀ ਬੈਠੀ ਹੈ, ਬੁਲਬੁਲ ਨੂੰ ਕਾਹਤੋਂ ਨਹੀਂ ਲਿਆਂਦਾ? ਹੈ ਤੇਰੇ ਲੱਛਣ ਘਰ ਵਸਾਉਣ ਵਾਲੇ ਨੇ, ਉਹਨੂੰ ਘਰੋਂ ਕਾਹਤੋਂ ਕੱਢਿਆ? ਤੈਂ ਤੇਰੇ ਲੱਛਣ ਨਹੀਂ ਘਰ ਵਸਾਉਣ ਵਾਲੇ। ਕਿਉਂ? ਹਾਂ ਨਾ ਉਹਦੇ ਨੇ ਨਾ, ਕਾਹਤੋਂ ਨਹੀਂ, ਕਾਹਤੋਂ ਨਹੀਂ ਲੱਛਣ। ਉਹ ਬਈ ਹੌਲੀ ਗੱਲ ਕਰ ਲੈ, ਕਿਉਂ ਰਿੰਗੀ ਹੈ ਨਾ? ਉਹ ਤੂੰ ਤੂੰ ਚੁੱਪ ਕਰ ਜਾ ਯਾਰ। ਹਾਂ ਤੂੰ ਦੱਸ ਕਾਹਤੋਂ ਨਹੀਂ ਲੱਛਣ? ਮੇਰੇ ਨਾਲ ਕੀ ਮਾੜਾ ਕਰਿਆ ਦੀ ਤਰ੍ਹਾਂ ਮੈਂ? ਤੇਰੇ ਭਾਈ ਨੇ ਤੇਰਾ ਕੀ ਮਾੜਾ ਕੀਤਾ ਸੀ ਜਿਹੜਾ ਤਾਏ ਦਾ ਘਰ ਪੱਟਿਆ? ਉਦੋਂ ਨੀ ਤੈਨੂੰ ਯਾਦ ਆਇਆ ਕੁਛ? ਘਰੀ ਦੱਸਦਾ ਹੁੰਦਾ ਵੀ ਉਹ ਮੈਨੂੰ ਪਤੀ ਨੀ ਸੀ, ਜੇ ਮੈਨੂੰ ਪਤਾ ਹੁੰਦਾ ਮੈਂ ਐਸਾ ਕੰਜਰ ਕੀਤਾ ਕਦੇ ਨਾ ਕਰਦਾ। ਐਡਾ ਭੋਲਾ ਨਾ ਮਣ ਤੂੰ, ਸਾਨੂੰ ਝਾੜਦਾ। ਮੇਰੀ ਗਲਤੀ ਆ, ਮੇਰੀ ਗਲਤੀ ਆ, ਕੀ ਲੱਛਣ ਹੈਗਾ ਇਹ? ਹਾਂ ਲੱਛਣ ਨਹੀਂ ਕਰਦਾ ਮੈਂ, ਗਲਤੀ ਹੈ। ਤੂੰ ਮੇਰਾ ਘਰ ਖਰਾਬ ਕਰਤੀ ਮਾਂ, ਤੂੰ ਮੇਰਾ ਮੈਨੂੰ ਤੇਰੇ ਤੇ ਇੰਨਾ ਯਕੀਨ ਸੀ, ਇੰਨਾ ਜ਼ਿਆਦਾ ਯਕੀਨ। ਨਸ਼ਾ ਜੇ ਤੂੰ ਆਪਦਾ ਘਰ ਆਪ ਖਾਬੜਾ ਮਾਰ। ਗੱਲ ਤਾਂ ਸੁਣ ਲੈ, ਕਿਸੇ ਦੀ ਚੁੱਪ ਕਰਕੇ ਕਿਸੇ ਦੀ ਗੱਲ ਨਹੀਂ ਸੁਣਨੀ ਕੁੜੀਏ, ਮੇਰੀ ਗੱਲ ਸੁਣ ਲੈ। ਮੈਂ ਤੈਨੂੰ ਕਿੱਦਣ ਦਾ ਦੇਖੀ ਜਾਣਾ, ਤੂੰ ਇੰਨਾ ਕਿ ਡੱਕਾ ਡੇਕਦੀ ਆ। ਮੈਂ ਸੋਚਦਾ ਸੀ ਵੀ ਮੇਰੀ ਭੈਣ ਮੇਰੇ ਕੋਲ ਹੀ ਹੋਊਗੀ, ਪਰ ਨਾ, ਸਾਰੇ ਇੱਕ ਬੇਰੀ ਦੇ ਬੇਰ ਹੋ ਤੁਸੀਂ, ਇੱਕ ਬੇਰੀ ਦੇ ਬੇਰ। ਆ ਕੁੜੀ ਨੂੰ ਨਾ ਵੱਧ ਘੱਟ ਬੋਲਣ ਦੀ ਲੋੜ ਨਹੀਂ ਹੈਗੀ, ਮੈਂ ਤੈਨੂੰ ਦੱਸਾਂ। ਹਾਂ ਮੈਨੂੰ ਵੱਧ ਘੱਟ ਬੋਲ? ਹਾਂ ਕੁੜੀ ਨੂੰ ਤਾਂ ਕਾਹਨੂੰ ਬੋਲਣਾ? ਪਹਿਲਾਂ ਬਈ ਮੈਂ ਤੇਰੇ ਕਿੰਨੇ ਹਾੜੇ ਕੱਢ ਕੇ ਆਇਆ, ਤੂੰ ਘਰੇ ਆਇਆ? ਕਿਹੋ ਆਵਾਂ ਘਰੇ? ਉਹ ਘਰੇ ਤਾਂ ਆਊਗਾ ਜੇ ਕੋਈ ਮੇਰਾ ਹੋਊਗਾ ਇੱਥੇ। ਫਿਰ ਕਹਿੰਦਾ ਬੁਲਬੁਲ ਨੂੰ ਲਿਆ ਦੋ, ਫਿਰ ਬੁਲਬੁਲ ਤੁਸੀਂ ਕੀ ਕਰਾਉਣਾ ਹੈ? ਅਸੀਂ ਤਾਂ ਤੇਰੇ ਹੈ ਹੀ ਨਹੀਂ, ਲਿਆ ਕੇ ਤਾਂ ਰਾਜੀ ਦੁਸ਼ਮਣਾ ਤੇਰੇ, ਤੁਸੀਂ ਚਾਉਣੀ ਇਹ, ਤੂੰ ਵੀ ਤੂੰ ਤਾਂ ਰਹਿਣ ਦੇ ਮਾਂ ਮੇਰਾ ਜੀ।